ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ। ਬੀਤੀ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਇੰਟੈਰਿਮ ਆਰਡਰ ਦੇ ਨਾਲ ਫੈਸਲਾ ਸੁਣਾਇਆ ਗਿਆ ਸੀ ਕਿ ਸਕੂਲ ਦੇ ਜੋ ਫੀਸਾਂ ਦਾ ਮੁੱਦਾ ਸੀ ਉਸ ਦੇ ਵਿੱਚ ਮਾਪਿਆਂ ਨੂੰ ਰਾਹਤ ਦਿੱਤੀ ਸੀ ਕਿ ਸਕੂਲ ਵਾਲੇ ਹੁਣ ਉਹਨਾਂ ਕੋਲੋਂ ਉਹਨਾਂ ਮਾਪਿਆਂ ਤੋਂ ਹੀ ਫੀਸਾਂ ਲੈ ਸਕਣਗੇ ਜਿਹੜੇ ਬੱਚਿਆਂ ਨੂੰ ਸਕੂਲ ਵਾਲਿਆਂ ਨੇ ਔਨਲਾਈਨ ਕਲਾਸਾਂ ਲਗਾਈਆਂ ਹੋਣਗੀਆਂ ਦਿੱਤੀਆਂ ਹੋਣਗੀਆਂ ਅਤੇ ਜਿੰਨੀਆਂ ਕਲਾਸਾਂ ਲਗਾਈਆਂ ਨੇ ਉਸ ਹਿਸਾਬ ਦੇ ਨਾਲ ਹੀ ਜਿਹੜੇ ਪੇਰੈਂਟਸ ਨੇ ਫੀਸ ਦੇਣਗੇ। ਕੋਈ ਕਿਸੇ ਕਿਸਮ ਦਾ ਐਨੂਅਲ ਚਾਰਜ ਨਹੀਂ ਦੇਣਾ ਪਏਗਾ, ਟਰਾਂਸਪੋਰਟੇਸ਼ਨ ਫੀਸ ਨਹੀਂ ਦੇਣੀ ਪਏਗੀ ਅਤੇ ਜਿਸ ਸਕੂਲ ਨੇ ਔਨਲਾਈਨ ਕਲਾਸਾਂ ਬੱਚਿਆਂ ਦੀਆਂ ਨਹੀਂ ਲਗਾਈਆਂ ਉਹਨਾਂ ਮਾਪਿਆਂ ਨੂੰ ਫੀਸ ਦੇਣ ਦੀ ਕੋਈ ਜ਼ਰੂਰਤ ਨਹੀਂ ਆਏ। ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਅਤੇ ਜਿਸ ਤੋਂ ਬਾਅਦ ਸਕੂਲ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਮੰਗ ਕੀਤੀ ਸੀ ਹਾਈ ਕੋਰਟ ਅੱਗੇ ਕਿ ਇਸ ਫੈਸਲੇ ਨੂੰ ਰਿਵਿਊ ਕੀਤਾ ਜਾਵੇ ਜਾਂ ਵਾਪਸ ਲਿਆ ਜਾਵੇ। ਪਰ ਇਸ 'ਤੇ ਵੱਡਾ ਅਪਡੇਟ ਹੈ ਕਿ ਹਾਈ ਕੋਰਟ ਨੇ ਹੁਣ ਉਸ ਐਪਲੀਕੇਸ਼ਨ ਨੂੰ, ਸਕੂਲ ਵਾਲਿਆਂ ਦੀ ਐਪਲੀਕੇਸ਼ਨ ਨੂੰ ਡਿਸਮਿਸ ਕਰ ਦਿੱਤਾ। ਮਾਪਿਆਂ ਵਾਸਤੇ ਇਹ ਵੱਡੀ ਰਾਹਤ ਹੈ। ਇਸ ਦਾ ਅਪਡੇਟ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਫੈਰੀ ਸੋਫਟ ਜੀ ਤੋਂ ਲਵਾਂਗੇ। ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਫੈਰੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਦਾ ਕੀ ਅਪਡੇਟ ਹੈ ਹਾਈ ਕੋਰਟ ਤੋਂ, ਮਾਪਿਆਂ ਨੂੰ ਕੀ ਰਾਹਤ ਮਿਲੀ ਅੱਜ ਇੱਕ ਵਾਰ ਫੇਰ? ਹਾਂ, ਦੇਖ ਲਈ ਜਿਹੜਾ 1 ਅਕਤੂਬਰ ਨੂੰ ਆਰਡਰ ਪਾਸ ਕੀਤਾ ਸੀਗਾ ਰਾਜੀਵ ਸ਼ਰਮਾ ਜੀ ਦੀ ਡੀਬੀ ਨੇ ਜੀ, ਤੇ ਉਸ ਆਰਡਰ ਦੇ ਅਗੇਂਸਟ ਜਿਹੜੇ ਸਕੂਲ ਸੀ ਜੀ, ਸਕੂਲ ਜਿਹੜੇ ਐਡਵੋਕੇਟ ਪੇਸ਼ ਹੋ ਰਹੇ ਸੀ, ਉਹਨਾਂ ਨੇ ਅੱਜ ਐਪਲੀਕੇਸ਼ਨ ਮੂਵ ਕੀਤੀ ਸੀ ਜੀ ਉਹ ਆਰਡਰ ਨੂੰ ਵਾਪਸ ਲੈਣ ਲਈ ਜੀ, ਤੇ ਉਸ ਆਰਡਰ ਦੇ ਉੱਤੇ ਸਟੇ ਦੇ ਲਈ ਜੀ, ਤੇ ਅੱਜ ਹਾਈ ਕੋਰਟ ਨੇ ਉਹ ਆਰਡਰ ਦੇ ਜਿਹੜੇ ਉਹ ਐਪਲੀਕੇਸ਼ਨ ਸੀ ਉਹਨੂੰ ਖਾਰਿਜ ਕਰ ਦਿੱਤਾ ਕਿ ਇਸ ਐਪਲੀਕੇਸ਼ਨ ਨੂੰ ਅੱਜ ਖਾਰਿਜ ਕਰ ਦਿੱਤਾ ਹਾਈ ਕੋਰਟ ਨੇ ਤੇ ਕਿਹਾ ਕਿ ਜੋ ਵੀ ਸੁਣਵਾਈ ਹੋਏਗੀ ਨੈਕਸਟ ਡੇਟ ਦੇ ਉੱਤੇ ਹੋਏਗੀ ਜੀ। ਫੈਰੀ ਜੀ, ਜਿਸ ਤਰ੍ਹਾਂ 12 ਨਵੰਬਰ ਦੀ ਜਿਸ ਤਰ੍ਹਾਂ ਪਿਛਲੀ ਵਾਰੀ ਜਦੋਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਤੁਸੀਂ ਦੱਸਿਆ ਸੀ ਕਿ 12 ਨਵੰਬਰ ਨੂੰ ਜਿਹੜੇ ਫਾਈਨਲ ਆਰਗੂਮੈਂਟ ਹੋਣਗੇ, ਤਾਂ ਇਹ ਕਿਸੇ ਪੋਜ਼ਿਟਿਵ ਸਾਈਨ ਲੱਗ ਰਿਹਾ ਕਿ ਮਾਪਿਆਂ ਦੇ ਹੱਕ ਦੇ ਵਿੱਚ ਜੋ ਪਹਿਲਾਂ ਆਹ ਫੈਸਲਾ ਸੁਣਾਇਆ ਗਿਆ ਸੀਗਾ, ਤਾਂ 12 ਨਵੰਬਰ ਨੂੰ ਵੀ ਇਹ ਇੱਦਾਂ ਹੀ ਰਹੇਗਾ, ਮਾਪਿਆਂ ਨੂੰ ਰਾਹਤ ਮਿਲੀ ਹੀ ਰਹੇਗੀ? ਨਹੀਂ ਬਿਲਕੁਲ, ਮੈਂ ਲਾਸਟ ਟਾਈਮ ਵੀ ਤੁਹਾਨੂੰ ਕਿਹਾ ਸੀ ਕਿ ਮਾਪਿਆਂ ਨੂੰ ਇਸ ਤੋਂ ਹੋਰ ਵੀ ਜ਼ਿਆਦਾ ਇਹਦੇ ਵਿੱਚ ਰਾਹਤ ਮਿਲਣ ਦੇ ਚਾਂਸਿਸ ਹੈ, ਕਿਉਂਕਿ ਦੇਖੋ ਗਰਾਊਂਡ ਸਾਡੇ ਬਹੁਤ ਵਧੀਆ ਇਹਦੇ ਵਿੱਚ ਹੈ ਪੇਰੈਂਟਸ ਵੱਲੋਂ, ਤੇ ਸਕੂਲ ਵਾਲੇ ਵੀ ਕਾਫੀ ਹੱਦ ਤੱਕ ਮਤਲਬ ਇਸ ਚੀਜ਼ ਨੂੰ ਮਤਲਬ ਸਫਲ ਕਰ ਰਹੇ, ਉਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਬੈਲੈਂਸ ਸ਼ੀਟਾਂ ਅਜੇ ਪ੍ਰੋਡਿਊਸ ਕਰਦੇ ਹਾਂ ਤਾਂ ਸਾਡਾ ਜਿਹੜਾ ਜੋ ਚੀਜ਼ਾਂ ਅਸੀਂ ਲੁਕਾ ਰਹੇ ਸੀ ਹੁਣ ਤੱਕ, ਜੇ ਬੈਲੈਂਸ ਸ਼ੀਟਾਂ ਅਸੀਂ ਜੇ ਪ੍ਰੋਡਿਊਸ ਕਰਦੇ ਹਾਂ ਇੱਕ ਵਾਰ, ਤਾਂ ਸਾਰਾ ਕੁਛ ਜੋ ਵੀ ਜਿੰਨਾ ਸਾਡਾ ਪਿੱਛੋਂ ਕੰਮ ਚੱਲ ਰਿਹਾ ਉਹ ਸਾਰਾ ਰੁਕ ਜਾਏਗਾ, ਤੇ ਫਿਰ ਅਸੀਂ ਕੀ ਕਹਿ ਕੇ ਅਸੀਂ ਫੀਸਾਂ ਲਵਾਂਗੇ? ਤਾਂ ਇਸੇ ਕਾਰਨ ਜਿਹੜੇ ਸੀ ਵੀ ਅਦਰਵਾਈਜ਼ 12 ਨਵੰਬਰ ਕੋਈ ਇੱਥੇ ਸਕੂਲ ਇੰਨਾ ਕਿੱਥੇ ਕੋਈ ਸਫ਼ਰ ਨਹੀਂ ਕਰ ਰਹੇ ਸੀ, ਆਲਰੇਡੀ ਫੀਸਾਂ ਵੀ ਕਾਫੀ ਹੱਦ ਤੱਕ ਆ ਚੁੱਕੀਆਂ ਸੀਗੀਆਂ ਕਿੰਨੇ ਸਕੂਲਸ ਦੇ ਕੋਲ ਤੇ ਹੋਰ ਵੀ, ਬਟ ਮੇਨ ਜਿਹੜਾ ਇਸ਼ੂ ਇਹਨਾਂ ਨੂੰ ਟਿਊਸ਼ਨ ਫੀਸ ਤੋਂ ਨਹੀਂ ਸੀ ਜ਼ਿਆਦਾ, ਜੋ ਸਾਨੂੰ ਲੱਗਦਾ ਕਿ ਇਸ਼ੂ ਸੀ ਵੀ ਬੈਲੈਂਸ ਸ਼ੀਟਾਂ ਪ੍ਰੋਡਿਊਸ ਕਰਨ ਦੀਆਂ, ਜਿਹੜਾ ਕੋਰਟ ਨੇ ਆਰਡਰ ਕੀਤਾ ਕਿ 15 ਦਿਨਾਂ ਦੇ ਅੰਦਰ ਅੰਦਰ ਸਾਰੀਆਂ ਆਪਣੀਆਂ ਬੈਲੈਂਸ ਸ਼ੀਟਾਂ ਪ੍ਰੋਡਿਊਸ ਕਰੋ। ਤਾਂ ਫੈਰੀ ਜੀ, ਹੁਣ ਜਿਸ ਤਰ੍ਹਾਂ ਸਕੂਲ ਵਾਲੇ ਕੋਈ ਨਾ ਕੋਈ ਆਪਣਾ ਹਥਕੰਡਾ ਅਪਣਾ ਰਹੇ ਨੇ, ਕੋਈ ਕਾਨੂੰਨੀ ਲੂਪ ਹੋਲ ਅਜਿਹਾ ਲੱਭ ਰਹੇ ਨੇ ਜਿਸ ਦੇ ਵਿੱਚ ਸਕੂਲ ਵਾਲਿਆਂ ਨੂੰ ਰਾਹਤ ਮਿਲੇਗੀ, ਤੁਹਾਡੇ ਮੁਤਾਬਕ ਸਕੂਲ ਵਾਲਿਆਂ ਦੇ ਕੋਲ ਕੀ ਹੋਰ ਆਪਸ਼ਨਸ ਹੈਗੀਆਂ? ਸਕੂਲ ਵਾਲੇ ਕਿਸ ਤਰ੍ਹਾਂ ਆਪਣੀ ਐਪਲੀਕੇਸ਼ਨ ਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਮੂਵ ਕਰ ਸਕਦੇ ਨੇ? ਨਹੀਂ ਦੇਖੋ, ਹੁਣ ਹਾਈ ਕੋਰਟ ਦੇ ਵਿੱਚ ਤਾਂ ਆਪਸ਼ਨ ਨਹੀਂ ਰਹੀ ਕਿਉਂਕਿ ਐਪਲੀਕੇਸ਼ਨ ਜਿਹੜੀ ਅੱਜ ਡਿਸਮਿਸ ਕਰ ਦਿੱਤੀ ਹੈ, ਤੇ ਇਹ ਵੀ ਨਹੀਂ ਕਿ ਕੋਰਟ ਨੇ ਪੈਂਡਿੰਗ ਰੱਖੀ ਹੈ ਕਿ ਨਾਲ ਸੁਣਾਂਗੇ, ਉਹਨਾਂ ਨੇ ਸਟ੍ਰੇਟ ਅਵੇ ਡਿਸਮਿਸ ਕਰ ਦਿੱਤੀ ਸੀ ਐਪਲੀਕੇਸ਼ਨ, ਤੇ ਜੋ ਕਿ ਪੇਰੈਂਟਸ ਲਈ ਵੱਡੀ ਰਾਹਤ ਹੈ। ਤੇ ਹੁਣ ਜੇ ਵੱਧ ਤੋਂ ਵੱਧ ਜੇ ਸਕੂਲ ਵਾਲਿਆਂ ਕੋਲ ਆਪਸ਼ਨ ਹੈ ਤਾਂ ਉਹ ਸੁਪਰੀਮ ਕੋਰਟ ਜਾ ਸਕਦੇ ਹੈ, ਤੇ ਅਦਰਵਾਈਜ਼ ਇੱਥੇ ਹਾਈ ਕੋਰਟ ਦੇ ਵਿੱਚ ਹੁਣ ਸਾਰੇ ਰਸਤੇ ਇਹਨਾਂ ਦੇ ਬੰਦ ਨੇ ਐਟਲੀਸਟ 12 ਨਵੰਬਰ ਤੱਕ। ਜੀ, ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਹਾਈ ਕੋਰਟ ਤੋਂ ਐਡਵੋਕੇਟ ਫੈਰੀ ਸੋਫਤ ਜੀ, ਜਿਨ੍ਹਾਂ ਨੇ ਦੱਸਿਆ ਕਿ ਜੋ ਅੱਜ ਵੱਡੀ ਰਾਹਤ ਦਿੱਤੀ ਹੈ ਮਾਪਿਆਂ ਨੂੰ, ਉਹ ਐਪਲੀਕੇਸ਼ਨ ਜੋ ਸਕੂਲ ਵਾਲਿਆਂ ਨੇ ਮੂਵ ਕੀਤੀ ਸੀ ਹਾਈ ਕੋਰਟ ਦੇ ਵਿੱਚ, ਜਿਸ ਦੇ ਵਿੱਚ ਸਕੂਲ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਇਸ ਫੈਸਲੇ ਨੂੰ ਦੁਬਾਰਾ ਰਿਵਿਊ ਕਰੋ ਜਾਂ ਇਸ ਨੂੰ ਵਾਪਸ ਲਓ, ਪਰ ਉਸ ਐਪਲੀਕੇਸ਼ਨ ਨੂੰ ਹਾਈ ਕੋਰਟ ਨੇ ਡਿਸਮਿਸ ਕਰ ਦਿੱਤਾ। ਮਾਪਿਆਂ ਵਾਸਤੇ ਵੱਡੀ ਰਾਹਤ ਹੈ ਕਿਉਂਕਿ ਮਾਪੇ ਲਗਾਤਾਰ ਪਿਛਲੇ ਕਾਫੀ ਦੇਰ ਤੋਂ ਜਦੋਂ ਦਾ ਲੋਕਡਾਊਨ ਚੱਲ ਰਿਹਾ ਸੀਗਾ ਸਕੂਲ ਬੰਦ ਸੀ, ਮਾਪਿਆਂ ਦੇ ਕੰਮਕਾਰ ਬੰਦ ਸੀ, ਹਰੇਕ ਅਦਾਰਾ ਬੰਦ ਸੀ, ਅਤੇ ਮਾਪੇ ਲਗਾਤਾਰ ਇਹ ਸੰਘਰਸ਼ ਕਰ ਰਹੇ ਸੀ ਕਿ ਸਕੂਲ ਵਾਲੇ ਵੀ ਜਿਹੜੀਆਂ ਫੀਸਾਂ ਨੇ ਉਹ ਮਾਫ਼ ਕਰਨ, ਪਰ ਸਕੂਲ ਵਾਲੇ ਫੀਸਾਂ ਮਾਫ਼ ਕਰਨ 'ਤੇ ਨਹੀਂ ਆ ਰਹੇ ਸੀ। ਔਨਲਾਈਨ ਕਲਾਸਾਂ ਕਈ ਸਕੂਲ ਵਾਲੇ ਲਗਾ ਰਹੇ ਸੀ, ਕਈ ਨਹੀਂ। ਮਾਪਿਆਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਕੀਤੇ ਗਏ, ਧਰਨੇ ਵੀ ਲਗਾਏ ਗਏ, ਸਕੂਲਾਂ ਦੇ ਘਿਰਾਓ ਕੀਤੇ ਗਏ, ਸਿੱਖਿਆ ਮੰਤਰੀ ਦੀਆਂ ਕੋਠੀ ਦਾ ਘਿਰਾਓ ਕੀਤਾ ਗਿਆ, ਸਭ ਕੁਝ ਪੇਰੈਂਟਸ ਵੱਲੋਂ ਕੀਤਾ ਗਿਆ, ਪਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਪੇਰੈਂਟਸ ਨੇ ਹਾਈ ਕੋਰਟ ਦਾ ਰਾਹ ਅਪਣਾਇਆ ਅਤੇ ਹਾਈ ਕੋਰਟ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਦੀ ਸੁਣਵਾਈ ਚੱਲਦੀ ਆ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਹਾਈ ਕੋਰਟ ਨੇ ਰਾਹਤ ਦਿੱਤੀ ਸੀ ਕਿ ਪੇਰੈਂਟਸ ਨੂੰ ਹੁਣ ਸਿਰਫ ਉਹੀ ਪੇਰੈਂਟਸ ਫੀਸ ਦੇਣਗੇ ਜਿਨ੍ਹਾਂ ਦੇ ਬੱਚਿਆਂ ਦੀ ਸਕੂਲ ਵਾਲਿਆਂ ਨੇ ਔਨਲਾਈਨ ਕਲਾਸਾਂ ਲਗਾਈਆਂ ਨੇ, ਅਤੇ ਜਿੰਨੀਆਂ ਕਲਾਸਾਂ ਲਗਾਈਆਂ ਨੇ ਉਹ
उस हिसाब दे नाल ही स्कूल वाले जिहड़ी है फीस स्कूल नू माफ करना मापे स्कूल नू फीस पे करनगे, नहीं तो जेकर किसी भी स्कूल ने ऑनलाइन नहीं पढ़ाया नहीं क्लासा लगाईया तो वो स्कूल फीस लैन का हकदार नहीं रहेगा, ना कोई स्कूल एनुअल चार्जिज वसूल कर सकता है ना ही कोई ट्रांसपोर्टेशन चार्ज यूज कर सकता है। जिहड़े मापिया ने सारा कुछ पहले ही भर दिता सी हाईकोर्ट के ऑर्डर आने तो बाद हुण वो फीसा ने जो या स्कूल वाले वापस करनगे या तुहाडी अगे आने वाली फीसा दे विच ओ एडजस्ट होएगा। अते हुण स्कूल वालिया ने एक कानूनी हथकंडा अपनाया सी जिस दे विच उन्होंने एक हाईकोर्ट दे विच कैप्लीकेशन मूव की सी जिस दे विच उन्होंने ये कहा सी कि तुसी इस ऑर्डर नू रिव्यू करो या ये ऑर्डर नू वापस लियो, पर हाईकोर्ट ने सीधा ही अज उन्हां दी ओ एप्लीकेशन नू रद्द कर दिता। मापिया वास्ते ये वड्डी राहत है, पर फाइनल आर्ग्यूमेंट जिहड़े ने ओ 12 नवंबर नू होणगे, फाइनल जिहड़ी हीयरिंग है ओ 12 नवंबर नू होगी। पर जो वकीलों का कहना है, वकीलों का लगातार यही कहना कि पॉजिटिव साइंस ने, उम्मीद है कि मापिया के हक दे विच ही ये फैसला रवे। अते ये भी वकीलों ने कहा कि यह भी उम्मीद कर सकते हैं आपां कि होर राहत भी जिहड़ी है मापिया नू हाईकोर्ट वल्लों मिल सकती है। तां वधेरे अपडेट्स सी साडे नाल जुड़े रहो, लुधियाना तों सनमजीत सिंह, लुधियाना टाइम्स। वधेरे जानकारी लई सबसक्राइब करो साडा यूट्यूब चैनल पब्लिक टाइम्स, अते नोटिफिकेशन लई बैल आइकन ते क्लिक करना ना भुल्लो।